ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜੀ ਕਣਕ ਰੋਟੀਆਂ ਦੇ ਵਾਸਤੇ ਸਭ ਤੋਂ ਬੈਸਟ ਮੰਨੀ ਜਾਂਦੀ ਹੈ ਜਿਹੜੀ ਕਣਕ ਦੇ ਵਿੱਚ ਆਪਾਂ ਨੂੰ ਲੋੜੀਂਦੇ ਜਿਹੜੇ ਨਿਊਟ੍ਰੀਐਂਟ ਆ ਉਹ ਸਭ ਤੋਂ ਵੱਧ ਪਰਸੈਂਟੇਜ ਦੇ ਵਿੱਚ ਪਾਏ ਜਾਂਦੇ ਆ ਉਹਨਾਂ ਵਰਾਈਟੀਆਂ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਅਤੇ ਐਂਡ ਤੱਕ ਦੇਖਿਓ ਅਤੇ ਹੋਰ ਕਿਸਾਨ ਭਰਾਵਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਤੋਂ ਪਹਿਲਾਂ ਵੀ ਕਣਕ ਦੀਆਂ ਕਾਫੀ ਜ਼ਿਆਦਾ ਵੀਡੀਓ ਅਪਲੋਡ ਕਰ ਚੁੱਕਿਆ ਜਿਨ੍ਹਾਂ ਦੇ ਰਿਗਾਰਡਿੰਗ ਆਪਾਂ ਉਹਨਾਂ ਦੀ ਕਿਹੜੀ ਯੂਨੀਵਰਸਿਟੀ ਦੀਆਂ ਰਿਸਰਚ ਕੀਤੀਆਂ ਹੋਈਆਂ ਨੇ ਜਾਂ ਕਿੰਨਾ ਟਾਈਮ ਲੈਂਦੀਆਂ ਨੇ ਉਹਨਾਂ ਦੀਆਂ ਸਾਰੀਆਂ ਵੀਡੀਓ ਆਪਾਂ ਪਾ ਰੱਖੀਆਂ ਨੇ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਪਰ ਇਹ ਜਿਹੜੀ ਵੀਡੀਓ ਹੈ ਸਿਰਫ ਰੋਟੀਆਂ ਬਣਾਉਣ ਲਈ ਜਿਹੜੀਆਂ ਕਣਕਾਂ ਬੈਸਟ ਨੇ ਜਿਹਨਾਂ ਦਾ ਝਾੜ ਜ਼ਿਆਦਾ ਨਹੀਂ ਹੈ ਬਟ ਰੋਟੀਆਂ ਬਣਾਉਣ ਦੇ ਵਿੱਚ ਉਹਨਾਂ ਦਾ ਸਵਾਦ ਆ ਜਿਹੜਾ ਉਹ ਸਭ ਤੋਂ ਬੈਸਟ ਹੈ ਉਹਨਾਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਵਧੀਆ ਪਾਈ ਜਾਂਦੀ ਹੈ ਇਹਨਾਂ ਵਰਾਈਟੀਆਂ ਵਿੱਚ ਚਾਰ ਵਰਾਈਟੀਆਂ ਨੂੰ ਮੈਂ ਮੁੱਖ ਤੌਰ 'ਤੇ ਤੁਹਾਡੇ ਨਾਲ ਡਿਸਕਸ ਕਰਾਂਗਾ C-306 ਵਰਾਇਟੀ ICR ਦੀ ਜਿਹੜੀ ਵਰਾਇਟੀ ਸੀਗੀ ਉਸ ਨੂੰ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਲੋਕਵਾਨ ਵਰਾਇਟੀ ਸ਼ਰਬਤੀ ਵਰਾਇਟੀ ਅਤੇ ਬਾਂਸੀ ਵਰਾਇਟੀ ਜਿਹੜੀ ਇਹ ਪੰਜਾਬ ਦੇ ਵਿੱਚ ਹੋ ਸਕਦੀ ਹੈ ਇਹ ਚਾਰੇ ਵਰਾਇਟੀਆਂ ਨੂੰ ਆਪਾਂ ਡਿਸਕਸ ਕਰਾਂਗੇ ਇਹਨਾਂ ਨੂੰ ਬੀਜਣ ਦਾ ਸਹੀ ਸਮਾਂ ਕਿਹੜਾ ਗਾ ਅਤੇ ਕੀ ਇਹਨਾਂ ਦੇ ਵਿੱਚ ਖਾਸੀਅਤ ਹੈਗੀਆਂ ਜਿਹੜੀਆਂ ਆਪਣੇ ਲਈ ਆਪਣੀ ਸਿਹਤ ਲਈ ਅਤੇ ਰੋਟੀ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹਦੇ ਲਈ ਸਭ ਤੋਂ ਇਹ ਬੈਸਟ ਮੰਨੀਆਂ ਜਾਂਦੀਆਂ ਨੇ ਸਭ ਤੋਂ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ICR ਦੀ ਵਰਾਇਟੀ ਜਿਹੜੀ C-306 1965 ਵਿੱਚ ਇਹ ਡਿਵੈਲਪ ਕੀਤੀ ਗਈ ਸੀ ਅਤੇ 1969 ਵਿੱਚ ਇਹ ਪਹਿਲੀ ਵਾਰ ਕਿਸਾਨਾਂ ਲਈ ਰਿਲੀਜ਼ ਕੀਤੀ ਗਈ ਸੀ ਇਹਦੇ ਵਿੱਚ ਜਿਹੜਾ ਪ੍ਰੋਟੀਨ ਕੰਟੈਂਟ ਹੈ ਬਾਕੀ ਵਰਾਇਟੀਆਂ ਦੇ ਮੁਕਾਬਲੇ ਉਹ 1.5% ਐਕਸਟਰਾ ਹੈ ਜਿਹੜਾ ਕਿ ਆਪਣੇ ਭੋਜਨ ਦੇ ਵਿੱਚ ਜਿਹੜੀ ਰੋਟੀ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਵੱਧ ਲੈ ਕੇ ਆਉਂਦਾ ਅਤੇ ਆਪਣੀ ਸਿਹਤ ਦੇ ਵਾਸਤੇ ਜਿਹੜਾ ਬਹੁਤ ਜ਼ਿਆਦਾ ਬੈਨੀਫਿਟ ਹੈ ਇਹ ਜਿਹੜਾ ਸਮਾਂ ਖੇਤ ਦੇ ਵਿੱਚ ਲੈਂਦੀ ਆ 130 ਤੋਂ ਲੈ ਕੇ 140 ਦਿਨ ਜਿਹੜੇ ਹੈਗੇ ਆ ਉਹ ਮੈਕਸੀਮਮ ਲੈਂਦੀ ਹੈ ਪਰ ਜਿੰਨੀਆਂ ਵੀ ਇਹ ਵਰਾਇਟੀਆਂ ਜਿਹੜੀਆਂ ਕਣਕ ਦੀਆਂ ਹੈਗੀਆਂ ਜਿਹੜੀਆਂ ਆਟੇ ਲਈ ਬੈਸਟ ਮੰਨੀਆਂ ਜਾਂਦੀਆਂ ਨੇ ਇਹਨਾਂ ਨੂੰ 25 ਅਕਤੂਬਰ ਤੋਂ ਲੈ ਕੇ 10 ਨਵੰਬਰ ਦੇ ਵਿੱਚ ਆਪਾਂ ਨੂੰ ਬੁਆਈ ਕਰ ਦੇਣੀ ਚਾਹੀਦੀ ਆ ਗੱਲ ਕਰਦੇ ਹਾਂ ਇਸ ਵਰਾਇਟੀ ਦੇ ਕੱਦ ਦੀ ਇਸ ਵਰਾਇਟੀ ਦਾ ਕੱਦ ਜਿਹੜਾ ਹੈਗਾ 110 ਤੋਂ ਲੈ ਕੇ 120 ਸੈਂਟੀਮੀਟਰ ਤੱਕ ਹੈ ਜਿਹੜਾ ਕਿ ਨੋਰਮਲ ਵਰਾਇਟੀਆਂ ਤੋਂ ਜ਼ਿਆਦਾ ਹੈ ਇਹ ਜਿੰਨੀਆਂ ਵੀ ਵਰਾਇਟੀਆਂ ਜਿਹੜੀਆਂ ਹੈਗੀਆਂ ਆਟੇ ਲਈ ਬੈਸਟ ਮੰਨੀਆਂ ਜਾਂਦੀਆਂ ਨੇ ਰੋਟੀ ਲਈ ਬੈਸਟ ਮੰਨੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਕੱਦ ਜਿਹੜਾ ਹੈਗਾ ਉਹ ਨੋਰਮਲੀ ਜ਼ਿਆਦਾ ਹੈ ਅਤੇ ਇੱਕ ਇਹਨਾਂ ਵਿੱਚ ਸਭ ਤੋਂ ਖਾਸੀ ਗੱਲ ਇਹ ਹੈ ਇਹ ਹਰ ਤਰ੍ਹਾਂ ਦੀ ਮਿੱਟੀ ਦੇ ਵਿੱਚ ਇਹ ਹੋ ਸਕਦੀਆਂ ਨੇ ਪਰ ਜ਼ਿਆਦਾ ਚੰਗਾ ਝਾੜ ਅਤੇ ਜ਼ਿਆਦਾ ਕੁਆਲਿਟੀ ਜਿਹੜੀ ਉਹ ਪੂਰੇ ਵਧੀਆ ਮਿੱਟੀ ਦੇ ਵਾਲੇ ਖੇਤਾਂ ਵਿੱਚ ਹੀ ਆਉਂਦੀ ਹੈ C-306 ਵਰਾਇਟੀ ਆ ਜਿਹੜਾ ਆਪਾਂ ਝਾੜ ਦੀ ਗੱਲ ਕਰੀਏ ਤਾਂ ਝਾੜ ਇਹਦੇ ਵਿੱਚ 12 ਕੁਆਂਟਲ ਤੋਂ ਲੈ ਕੇ 16 ਕੁਆਂਟਲ ਤੱਕ ਮੈਕਸੀਮਮ ਨੋਟ ਕੀਤਾ ਗਿਆ ਕਿਉਂਕਿ ਇਹਨਾਂ ਵਰਾਇਟੀਆਂ ਦੇ ਵਿੱਚ ਜਿਹੜੀ ਕੁਆਲਿਟੀ ਜ਼ਿਆਦਾ ਹੈ ਅਤੇ ਜਿਹੜਾ ਝਾੜ ਹੈ ਉਹ ਨੋਰਮਲ ਹੈ ਘੱਟ ਹੈ ਜਿਹੜਾ ਆਪਣੇ ਪੁਰਾਣੇ ਸਮੇਂ ਦੇ ਵਿੱਚ ਕਣਕਾਂ ਦਾ ਝਾੜ ਸੀ ਉਹਨਾਂ ਕੀ ਇਹਨਾਂ ਦਾ ਝਾੜ ਹੈ ਬਟ ਇਹਦੇ ਵਿੱਚ ਜਿਹੜੀ ਸਵਾਦ ਹੈ ਕਣਕਾਂ ਦੀ ਰੋਟੀ ਦਾ ਉਹ ਬਹੁਤ ਜ਼ਿਆਦਾ ਵਧੀਆ ਇਸ ਤੋਂ ਬਾਅਦ ਦੂਸਰੀ ਵਰਾਇਟੀ ਦੀ ਗੱਲਬਾਤ ਕਰਦੇ ਜਿਹੜੀ ਕਿ ਨਾਮ ਤੋਂ ਬਹੁਤ ਜ਼ਿਆਦਾ ਮਸ਼ਹੂਰ ਹੈ ਲੋਕਵਾਨ ਵਰਾਇਟੀ ਨੌਰਥ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਪਾਪੂਲਰ ਹੈ ਸੈਂਟਰਲ ਇੰਡੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਪੂਲਰ ਵਰਾਇਟੀ ਹੈ 1979 ਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਕਾਫੀ ਮਸ਼ਹੂਰ ਵਰਾਇਟੀ ਰਹੀ ਹੈ ਇਹ ਤੋਂ ਵੱਧ ਖਾਸੀਅਤ ਗੱਲ ਇਹ ਹੈ ਕਿ ਇਹ ਟਿੱਲਰ ਬਹੁਤ ਕਰਦੀ ਆ ਇਹ ਵਰਾਇਟੀ ਜਿਹੜੀ ਗਿਰਦੀ ਵੀ ਨਹੀਂ ਹੈਗੀ ਇਹ ਵਰਾਇਟੀ ਅਗੇਤੀ ਹੀ ਕਾਮਯਾਬ ਜ਼ਿਆਦਾ ਹੈ ਜਿਹੜੇ ਕਿਸਾਨ ਭਰਾ ਕੁਦਰਤੀ ਖੇਤੀ ਕਰਦੇ ਆ ਉਹ ਇਸ ਵਰਾਇਟੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਸ ਵਰਾਇਟੀ ਦਾ ਵੀ ਝਾੜ ਜਿਹੜਾ ਨੋਰਮਲੀ 12 ਤੋਂ 18 ਕੁਆਂਟਲ ਤੱਕ ਜਿਹੜਾ ਚੰਗੇ ਤੋਂ ਦਰਮਿਆਨੇ ਵਾਹਣਾਂ ਦੇ ਵਿੱਚ ਜਿਹੜਾ ਨੋਟ ਕੀਤਾ ਗਿਆ ਇਸ ਤੋਂ ਬਾਅਦ ਜਿਹੜੀ ਗੱਲਬਾਤ ਕਰਦੇ ਸ਼ਰਬਤੀ ਵਰਾਇਟੀ ਬਾਰੇ ਇਹ ਵੀ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਪੂਲਰ ਹੈ ਕੁਦਰਤੀ ਖੇਤੀ ਵਾਲੇ ਕਿਸਾਨ ਇਸ ਨੂੰ ਬਹੁਤ ਜ਼ਿਆਦਾ ਜਿਹੜਾ ਤਰਜੀਹ ਦਿੰਦੇ ਆ ਕਿਉਂਕਿ ਇਹਦੇ ਆਟੇ ਦੀ ਜਿਹੜੀ ਮਿਠਾਸ ਹੁੰਦੀ ਹੈ ਇਹਦੇ ਆਟੇ ਦੀ ਜਿਹੜੀ ਮੰਗ ਆ ਉਹ ਔਨਲਾਈਨ ਵੀ ਜਿਹੜੀ ਹੈਗੀ ਆ ਐਮਾਜ਼ੋਨ 'ਤੇ ਜਾਂ ਹੋਰ ਕਿਤੇ ਪਲੇਟਫਾਰਮਾਂ 'ਤੇ ਜਿਹੜੀ ਹੋਣ ਲੱਗੀ ਹੈ ਇੰਡੀਆ ਦੇ ਵਿੱਚ ਇਹ ਹੁਣ ਔਨਲਾਈਨ ਸੇਲ ਹੋਣ ਲੱਗੀ ਹੈ ਇਸ ਵਰਾਇਟੀ ਦੀ ਵੱਧਦੀ ਹੋਈ ਮੰਗ ਨੂੰ ਦੇਖ ਕੇ ਕੁਦਰਤੀ ਖੇਤੀ ਵਾਲੇ ਕਿਸਾਨ ਇਸ ਨੂੰ ਤਰਜੀਹ ਜ਼ਿਆਦਾ ਦੇਣ ਲੱਗੇ ਆ ਇਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਬਾਂਸੀ ਵਰਾਇਟੀ ਜਿਹੜੀ ਕਿ ਪੰਜਾਬ ਦੇ ਵਿੱਚ ਵੀ ਮਸ਼ਹੂਰ ਆ ਅਤੇ ਹੋਰ ਸਟੇਟਾਂ ਦੇ ਵਿੱਚ ਵੀ ਮਸ਼ਹੂਰ ਬਹੁਤ ਜ਼ਿਆਦਾ ਹੈ ਬਾਂਸੀ ਜਿਹੜੀ ਹੈਗੀ ਚੰਗੇ ਵਾਹਣਾਂ ਦੀ ਵਰਾਇਟੀ ਹੈ ਜੇਕਰ ਆਪਾਂ ਬਾਂਸੀ ਨੂੰ ਅਕਤੂਬਰ ਦੇ ਲਾਸਟ ਹਫ਼ਤੇ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਬੀਜਾਂਦ ਕਰ ਦਿੰਦੇ ਹਾਂ ਤਾਂ ਨੋਰਮਲੀ ਇਹਦਾ ਵਧੀਆ ਝਾੜ ਆਉਂਦਾ ਹੈ ਇਹਦਾ ਝਾੜ ਵੀ ਜਿਹੜਾ ਹੈਗਾ 20 ਕੁਆਂਟਲ ਤੋਂ ਨੀਚੇ ਰਹਿੰਦਾ ਪਰ ਜਿੰਨੀਆਂ ਵੀ ਮਾਤਰਾ ਦੀਆਂ ਵਰਾਇਟੀਆਂ ਤੁਹਾਡੇ ਨਾਲ ਡਿਸਕਸ ਕੀਤੀਆਂ ਚਾਰ ਵਰਾਇਟੀਆਂ ਤੁਹਾਡੇ ਨਾਲ ਡਿਸਕਸ ਕੀਤੀਆਂ ਇਹਨਾਂ ਵਰਾਇਟੀਆਂ ਨੂੰ ਤੁਸੀਂ ਆਪਣੇ ਖੇਤ ਦੇ ਵਿੱਚ ਬਿਨਾਂ ਰੇਹ ਸਪਰੇਅ ਤੋਂ ਲਾਉਣਾ ਹੈ ਕਿਉਂਕਿ ਇਹ ਵਰਾਇਟੀਆਂ ਦੇ ਲਈ ਸਿਰਫ ਰੂੜੀ ਦੀ ਖਾਦ ਚਾਹੀਦੀ ਹੈ 3 ਪਾਣੀ ਚਾਹੀਦੇ ਹੈ ਸਮੇਂ ਸਿਰ ਬਜਾਂਦ ਚਾਹੀਦੀ ਹੈ ਜ਼ਿਆਦਾ ਰਤੀਲਾ ਵਾ ਨਹੀਂ ਚਾਹੀਦਾ ਤਾਂ ਇਹ ਵਰਾਇਟੀਆਂ ਜਿਹੜੀਆਂ ਹੈਗੀਆਂ ਆਪਣੇ ਤਿਆਰ ਹੋਏ ਦਾਣੇ ਤੋਂ ਜਿਹੜੀ ਰੋਟੀ ਬਣਦੀ ਆ ਉਹਨਾਂ ਦਾ ਸਵਾਦ ਆ ਜਿਹੜਾ ਉਹਦੇ ਲਈ ਮੰਨੀਆਂ ਜਾਂਦੀਆਂ ਨੇ ਇਹਨਾਂ ਵਰਾਇਟੀਆਂ ਦੇ ਬਾਰੇ ਡੂੰਘਾਈ ਦੇ ਵਿੱਚ ਜਾਣਕਾਰੀ ਲੈਣ ਲਈ ਜਾਂ ਬੀਜ ਪ੍ਰਾਪਤ ਕਰਨ ਲਈ ਤੁਸੀਂ ਕੁਦਰਤੀ ਵਿਰਾਸਤ ਮਿਸ਼ਨ ਦੇ ਜਿਹੜੇ ਕੈਂਪ ਆ ਅਟੈਂਡ ਕਰ ਸਕਦੇ ਹੋ ਉਹਨਾਂ ਦੀਆਂ ਡੇਟਸ 1 ਅਕਤੂਬਰ 2018 ਦੀਆਂ ਮੈਂ ਨੀਚੇ ਕਮੈਂਟ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ ਤੁਸੀਂ ਹੋਰ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ ਜ਼ਰੂਰ ਓਕੇ ਜੀ ਧੰਨਵਾਦ